प्रधानमंत्री ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੀਨਗਰ ਦੇ ਸ਼ੇਰੇ ਕਸ਼ਮੀਰ ਸਟੇਡੀਅਮ 'ਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਕਰ ਰਹੇ ਨੇ। ਚੋਣਾਂ ਦੇ ਪਹਿਲੇ ਗੇੜ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸ਼ਤਵਾੜ 'ਚ 80% ਤੋਂ ਵੱਧ ਵੋਟਾਂ ਪਈਆਂ ਨੇ। ਉਹਨਾਂ ਕਿਹਾ ਕਿ ਜੰਮੂ ਕਸ਼ਮੀਰ ਦੀ ਲੋਕਾਂ ਦੀਆਂ ਆਸਾਂ ਉਮੀਦਾਂ ਨਵੀਂ ਉਚਾਈ ਤੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੇ ਰਿਕਾਰਡ ਵੋਟਿੰਗ ਕਰਕੇ ਨਵਾਂ ਇਤਿਹਾਸ ਰਚਿਆ ਹੈ। ਜ਼ਿੰਮੇਦਾਰ ਹੈ ਔਰ ਤਬ ਸੇ ਦਿੱਲੀ ਸੇ ਲੇਕਰ ਜੰਮੂ ਕਸ਼ਮੀਰ ਤੱਕ ਇਹ ਲੋਕ ਬੌਖਲਾਏ ਹੋਏ ਹੈ। ਇਨ ਤਿੰਨ ਖਾਨਦਾਨੋਂ ਕੋ ਲਗਤਾ ਹੈ ਕਿ ਇਨ ਪਰ ਕੋਈ कैसे सवाल उठा सकता है। इन तीन खानदानों को लगता है जैसे तैसे कुर्सी पर कब्जा जमाना और फिर आप सबको लूटना